ਬਹੁਤ ਹੀ ਖੂਬਸੂਰਤ ਸ਼ਖਸੀਅਤ ਸੁਰਿੰਦਰ ਛਿੰਦਾ ਜੀ ਦਾ ਹੀ ਨਿਮਿਤ ਅੱਜ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਮੈਂ ਆਇਆ। ਉਹ ਬਹੁਤ ਹੀ ਪਿਆਰ ਦੇਣ ਵਾਲੇ, ਸਤਿਕਾਰ ਦੇਣ ਵਾਲੇ ਅਤੇ ਰੂਹ ਨੂੰ ਖੁਰਾਕ ਦੇਣ ਵਾਲੇ ਇਨਸਾਨ ਸੀ। ਉਹਨਾਂ ਨੇ ਮਹਿਫਲਾਂ ਦੀ ਸ਼ਾਨ ਸੀ, ਉਹ ਪੰਜਾਬੀ ਬੋਲੀ ਦਾ ਮਾਣ ਸੀ। ਉਹਨਾਂ ਦੇ ਜਾਣ ਨਾਲ ਪੂਰੀ ਪੰਜਾਬੀਅਤ ਨੂੰ ਇੱਕ ਬਹੁਤ ਬੜਾ ਘਾਟਾ ਪਿਆ ਹੈ। ਬਹੁਤ ਮਸ਼ਹੂਰ ਗਾਣੇ ਉਹਨਾਂ ਦੇ ਆਏ, ਖਾਸ ਤੌਰ 'ਤੇ ਜੂਣਾ ਮਾੜ ਮੋੜ ਛਤਰ ਚੜ੍ਹਾਉਣ ਚੱਲਿਆ, ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਬਹੁਤ ਸ਼ਾਨਦਾਰ ਔਰ ਵਧੀਆ ਪੰਜਾਬੀ ਗੀਤ ਉਹਨਾਂ ਨੇ ਗਾਏ। ਪੰਜਾਬੀ ਦੀ ਸੱਭਿਅਤਾ ਨੂੰ ਬਣਾ ਕੇ ਰੱਖਿਆ, ਪੰਜਾਬ ਦੇ ਸੱਭਿਆਚਾਰ ਨੂੰ ਬਹੁਤ ਬੜਾ ਦੇਣ ਦਿੱਤਾ। ਸੋ ਅੱਜ ਉਹਨਾਂ ਦਾ ਜਿਹੜਾ ਘਾਟਾ ਹੈ ਉਹ ਨਾ ਪੂਰਾ ਹੋਣ ਵਾਲਾ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਉਹ ਇੱਕ ਐਸਾ ਖੂਬਸੂਰਤ ਇਨਸਾਨ ਸੀ ਜਿਹਨੇ ਪੰਜਾਬੀ ਬੋਲੀ ਨੂੰ, ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ, ਪੰਜਾਬੀ ਬੋਲੀ ਦੀ ਚੜ੍ਹਤ ਕੀਤੀ ਹੈ। ਇਸ ਲਈ ਅਜਿਹੇ ਰੰਗਲੇ ਇਨਸਾਨ ਦੀ ਜਿਹੜਾ ਸਮਾਜ ਦੀ ਔਰ ਪੰਜਾਬੀ ਬੋਲੀ ਦੀ ਜਿਹਨੇ ਸੇਵਾ ਕੀਤੀ ਹੈ ਉਹਦੀ ਇੱਕ ਸ਼ਾਨਦਾਰ ਯਾਦਗਾਰ ਬਣਨੀ ਚਾਹੀਦੀ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਸ ਪੱਖ ਬਾਰੇ ਵਿਚਾਰ ਕਰਕੇ ਅੱਜ ਕੋਈ ਯੋਗ ਜਿਹੜਾ ਐਲਾਨ ਹੈ ਉਹ ਕਰੇ।